ਚਮਤਕਾਰੀ ਘੋੜੇ। ਇੱਕ ਵਾਰ ਇੱਥੇ 7 ਸਾਲ ਦਾ ਲੜਕਾ ਤੀਰਥ ਸੀ, ਜੋ ਆਪਣੇ ਮਾਤਾ ਪਿਤਾ ਅਤੇ 2 ਸਾਲਾਂ ਦੇ ਭਰਾ ਦਰਸ਼ਨ ਨਾਲ ਭਾਰਤ ਵਿੱਚ ਰਹਿੰਦਾ ਸੀ। ਤੀਰਥ ਹਮੇਸ਼ਾ ਆਪਣੇ ਮਾਂ ਪਿਆ ਨੂੰ ਪੁੱਛਦਾ ਸੀ, ਕਿਰਪਾ ਕਰਕੇ, ਕਿਰਪਾ ਕਰਕੇ, ਕਿਰਪਾ ਕਰਕੇ ਮੈਨੂੰ ਘੋੜਾ ਦੇ ਸਕਦੇ ਹਾਂ? ਉਹ ਦਿਨ ਵਿੱਚ 10 ਵਾਰ ਇਹ ਪ੍ਰਸ਼ਨ ਪੁੱਛਦਾ ਸੀ। ਹਰ ਵਾਰ ਜਵਾਬ ਸੀ, ਨਹੀਂ, ਅਸੀਂ ਇੱਕ ਘੋੜਾ ਨਹੀਂ ਰੱਖ ਸਕਦੇ, ਕਿਉਂਕਿ ਅਸੀਂ ਹਰ 6ਵੇਂ ਮਹੀਨੇ ਇੰਡੀਆ ਤੋਂ ਕਨੇਡਾ ਜਾਂਦੇ ਹਾਂ। ਤੀਰਥ ਬਹੁਤ ਉਦਾਸ ਸੀ, ਪਰ ਉਹ ਦਰਸ਼ਨ ਨੂੰ ਕਹਿੰਦਾ ਕਿ ਇੱਕ ਦਿਨ ਉਸ ਨੂੰ ਘੋੜਾ ਮਿਲੇਗਾ। ਜਦੋਂ ਉਸ ਨੂੰ ਘੋੜਾ ਮਿਲੂਗਾ ਤਾਂ ਉਹ ਉਸ ਘੋੜੇ 'ਤੇ ਹਰ ਜਗ੍ਹਾ ਦਰਸ਼ਨ ਨਾਲ ਜਾਊਗਾ। ਦਰਸ਼ਨ ਬਹੁਤ ਖੁਸ਼ ਸੀ ਅਤੇ ਇੱਕ ਘੋੜਾ ਰੱਖਣ ਦੀ ਉਡੀਕ ਵਿੱਚ ਸੀ। ਇੱਕ ਦਿਨ ਤੀਰਥ ਸਵੇਰੇ ਸੈਰ ਕਰ ਰਿਹਾ ਸੀ ਤਾਂ ਉਸਨੇ ਇੱਕ ਦਰਖ਼ਤ ਵੇਖਿਆ। ਇਹ ਰੁੱਖ ਚਮਕਦਾ ਅਤੇ ਸੁੰਦਰ ਸੀ। ਤੀਰਥ ਨੇ ਸੋਚਿਆ, ਮੈਂ ਇੱਥੇ ਹਰ ਰੋਜ਼ ਲੰਘਦਾ ਹਾਂ, ਮੈਂ ਇਸ ਰੁੱਖ ਨੂੰ ਕਿਵੇਂ ਨਹੀਂ ਦੇਖਿਆ। ਉਸਨੇ ਨੇੜਿਓਂ ਝਾਤੀ ਮਾਰੀ। ਉਸਨੇ ਦਰਖ਼ਤ ਉੱਤੇ ਸੁੰਦਰ ਪੱਕੇ ਅੰਬ ਵੇਖੇ। ਉਸਨੇ ਅੰਬ ਖਾਧਾ ਜਦ ਤੱਕ ਉਹ ਹੋਰ ਨਹੀਂ ਖਾ ਸਕਦਾ ਸੀ। ਜਦੋਂ ਉਹ ਖਾ ਰਿਹਾ ਸੀ, ਉਸਨੇ ਸੋਚਿਆ, ਮੈਂ ਇਕੱਲਾ ਨਹੀਂ ਹੋ ਸਕਦਾ ਜਿਸਨੇ ਇਹ ਰੁੱਖ ਪਾਇਆ ਹੈ। ਉਸਨੇ ਉੱਪਰ ਵੇਖਿਆ ਅਤੇ ਇੱਕ ਸੁੰਦਰ ਕਾਲਾ ਘੋੜਾ ਸੀ ਜੋ ਨੀਲੇ ਨਾਲ ਚਮਕ ਰਿਹਾ ਸੀ, ਅੰਬ ਖਾ ਰਿਹਾ ਸੀ। ਤੀਰਥ ਨੇ ਉਸਨੂੰ ਸਰਦਾਰ ਸੱਦਣ ਦਾ ਫੈਸਲਾ ਕੀਤਾ। ਤੀਰਥ ਘੋੜਿਆਂ ਬਾਰੇ ਸਭ ਜਾਣਦਾ ਸੀ। ਉਹ ਜਾਣਦਾ ਸੀ ਕਿ ਘੋੜੇ ਨੂੰ ਅੰਗੂਰੀ ਬਾਗਾਂ ਨਾਲ ਇੱਕ ਰੱਸੀ ਕਿਵੇਂ ਬਣਾਉਣਾ ਹੈ ਜਿਸ ਨਾਲ ਉਸ ਦੀ ਅਗਵਾਈ ਕੀਤੀ ਜਾ ਸਕੇ। ਉਸਨੇ ਇੱਕ ਰੱਸੀ ਬਣਾਈ ਅਤੇ ਜਲਦੀ ਇਸ ਨੂੰ ਸਰਦਾਰ 'ਤੇ ਪਾ ਦਿੱਤੀ। ਸਰਦਾਰ ਜੰਗਲੀ ਲੱਗ ਰਿਹਾ ਸੀ, ਪਰ ਉਸਨੇ ਤੀਰਥ ਦੀ ਗੱਲ ਸੁਣੀ। ਤੀਰਥ ਸਰਦਾਰ ਨੂੰ ਆਪਣੇ ਘਰ ਲੈ ਗਿਆ ਅਤੇ ਉਸ ਨੂੰ ਬੰਨ ਦਿੱਤਾ। ਤੀਰਥ ਗਿਆ ਅਤੇ ਆਪਣੇ ਵੱਡੇ ਦਾਦਾ ਦਾ ਗਿੱਠੂ ਲਿਆਇਆ ਅਤੇ ਇਸ ਨੂੰ ਸਰਦਾਰ 'ਤੇ ਬਿਠਾ ਦਿੱਤਾ। ਤੀਰਥ ਨੇ ਦਰਸ਼ਨ ਨੂੰ ਲੈ ਕੇ ਉਸ ਨੂੰ ਸਰਦਾਰ 'ਤੇ ਬਿਠਾਇਆ ਅਤੇ ਉਸ ਦੇ ਪਿੱਛੇ ਬੈਠ ਗਿਆ। ਉਹ ਸਵਾਰ ਹੋ ਗਏ। ਸਰਦਾਰ ਨੇ ਇੱਕ ਵੱਡੀ ਛਾਲ ਲਗਾਈ ਅਤੇ ਉਹ ਅਫਰੀਕਾ ਵਿੱਚ ਚਲੇ ਗਿਆ। ਦਰਸ਼ਨ ਖੁਸ਼ ਹੋਇਆ ਅਤੇ ਹੱਸਣ ਅਤੇ ਤਾੜੀਆਂ ਮਾਰਨ ਲੱਗਾ। ਸਰਦਾਰ ਗਾਹਾਂ ਨਿਊਜ਼ੀਲੈਂਡ ਚਲਾ ਗਿਆ। ਸਰਦਾਰ ਸਾਰੇ ਦੁਨੀਆ ਵਿੱਚ ਛਾਲ ਮਾਰਦਾ ਗਿਆ। ਦੱਖਣੀ ਅਮਰੀਕਾ ਦੇ ਵਿਚਕਾਰ ਸਰਦਾਰ ਰੁਕ ਗਿਆ। ਤੀਰਥ ਨੇ ਸਰਦਾਰ ਨੂੰ ਜਾਣ ਦਾ ਯਤਨ ਕੀਤਾ, ਪਰ ਉਹ ਨਹੀਂ ਗਿਆ। ਤੀਰਥ ਨੇ ਆਲੇ ਦੁਆਲੇ ਦੇਖਿਆ ਅਤੇ ਵੇਖਿਆ ਕਿ ਨਿੱਕਾ ਜਿਹਾ ਭੂਰੇ ਰੰਗ ਦਾ ਘੋੜਾ ਹੈ। ਦਰਸ਼ਨ ਨੇ ਕਿਹਾ, ਛੋਟਾ। ਉਹ ਸਰਦਾਰ ਤੋਂ ਹੇਠਾਂ ਉਤਰ ਗਿਆ ਅਤੇ ਛੋਟੇ 'ਤੇ ਚੜ ਗਿਆ। ਉਸ ਦੀ ਪਹਿਲਾਂ ਹੀ ਕਾਠੀ ਪਾਈ ਹੋਈ ਸੀ। ਸਰਦਾਰ ਅਤੇ ਛੋਟਾ ਇਕੱਠੇ ਹੋ ਕੇ ਦੁਨੀਆ ਭਰ ਵਿੱਚ ਛਾਲ ਮਾਰ ਗਏ। 1 ਘੰਟੇ ਬਾਅਦ ਉਹ ਘਰ ਵਾਪਸ ਚਲੇ ਗਏ। ਉਹਨਾਂ ਦੇ ਮਾਪੇ ਚਿੰਤਤ ਸਨ ਅਤੇ ਉਹਨਾਂ ਨੂੰ ਲੱਭ ਰਹੇ ਸਨ। ਜਦੋਂ ਉਹਨਾਂ ਨੇ ਘੋੜੇ ਵੇਖੇ, ਉਹਨਾਂ ਨੇ ਕਿਹਾ, ਤੁਸੀਂ ਇਹ ਘੋੜੇ ਕਿੱਥੋਂ ਪ੍ਰਾਪਤ ਕੀਤੇ? ਤੀਰਥ ਨੇ ਕਿਹਾ, ਆਓ। ਅਤੇ ਉਸਦਾ ਡੈਡੀ ਉਸਦੇ ਪਿੱਛੇ ਸਰਦਾਰ ਉੱਤੇ ਚੜ੍ਹ ਗਿਆ ਅਤੇ ਉਸਦੀ ਮੰਮੀ ਦਰਸ਼ਨ ਦੇ ਪਿੱਛੇ ਛੋਟੇ ਉੱਤੇ ਚੜ੍ਹ ਗਈ। ਉਹ ਛਾਲ ਮਾਰ ਕੇ ਆਪਣੇ ਘਰ ਕਨੇਡਾ ਚਲੇ ਗਏ।
ਉਹਨਾਂ ਨੇ ਚਾਹ ਪੀ ਲਈ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਲਿਆ। ਫਿਰ ਉਹ ਭਾਰਤ ਵਿੱਚ ਆਪਣੇ ਘਰ ਵਾਪਸ ਕੁੱਦ ਗਏ। ਉਹਨਾਂ ਦੇ ਮਾਪੇ ਸਰਦਾਰ ਅਤੇ ਛੋਟੇ ਤੋਂ ਬਹੁਤ ਖੁਸ਼ ਸਨ। ਉਹਨਾਂ ਨੇ ਘੋੜੇ ਰੱਖੇ ਅਤੇ ਹਵਾਈ ਜਹਾਜ਼ ਦੀਆਂ ਟਿਕਟਾਂ 'ਤੇ ਬਹੁਤ ਸਾਰਾ ਪੈਸਾ ਬਚਾਇਆ। ਉਹ ਹਰ ਹਫ਼ਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਕਨੇਡਾ ਵਾਪਸ ਚਲੇ ਗਏ। ਤੀਰਥ ਅਤੇ ਦਰਸ਼ਨ ਕੋਲ ਦੁਨੀਆ ਦੇ ਸਭ ਤੋਂ ਵਧੀਆ ਘੋੜੇ ਸਨ ਅਤੇ ਉਹ ਆਪਣੇ ਮਾਤਾ ਪਿਤਾ ਅਤੇ ਆਪਣੇ ਘੋੜਾ ਸਰਦਾਰ ਅਤੇ ਛੋਟਾ ਦੇ ਨਾਲ ਸਦਾ ਖੁਸ਼ ਰਹੇ।